ਮਾਮਲਾ ਜੇ ਦੁਬਾਰਾ ਫੇਰ ਤੁਹਾਨੂੰ ਧਰਨਾ ਪ੍ਰਦਰਸ਼ਨ ਕਰਨਾ ਪੈ ਗਿਆ। ਇੱਕ ਵਾਰੀ ਪਹਿਲਾਂ ਵੀ ਤੁਹਾਡਾ ਵੀ ਇੱਥੇ ਝਗੜਾ ਹੋਇਆ ਸੀ, ਕੀ ਚੱਕਰ ਹੈ ਭਾਜੀ? 16 ਫਰਵਰੀ ਨੂੰ ਇੱਥੇ ਲੜਾਈ ਝਗੜਾ ਹੋਇਆ ਸੀਗਾ ਠੇਕੇ ਕਰਕੇ, ਠੀਕ ਹੈ ਨਾ। ਉਦੋਂ ਵੀ ਨਸ਼ੇ ਛੁੜੀ ਜਾਂਦੇ ਸੀਗੇ, ਅਸੀਂ ਗਏ ਸੀ ਐਕਸਾਈਜ਼ ਦੇ ਦਫ਼ਤਰ, ਉਹਦੇ ਲਿਟਨ 'ਚ ਕੰਪਲੇਂਟ ਦਿੱਤੀ ਗਈ ਸੀਗੀ। ਸਾਰੇ ਮਹੱਲੇ ਦੇ ਸਾਈਨ ਸੀਗੇ, ਸਾਰੇ ਨਾਲ ਗਏ ਸੀ ਮਹੱਲੇ ਦੇ। ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਸਾਨੂੰ 31 ਮਾਰਚ ਤੱਕ ਕੰਮ ਕਰ ਲੈਣ ਦਿਓ, ਅਸੀਂ ਉਹਨੇ ਵਿਦਿਨ ਦੀ 31 ਮਾਰਚ ਦੇ ਅੰਦਰ ਅੰਦਰ ਅਸੀਂ ਐਡਜਸਟ ਕਰ ਲਾਂਗੇ, ਆਪਣੀ ਲੋਕੇਸ਼ਨ ਚੇਂਜ ਕਰ ਲਾਂਗੇ। ਅਸੀਂ ਵੀ ਉਹਨਾਂ ਨਾਲ ਐਗਰੀ ਹੋਏ, ਕੰਪਰੋਮਾਈਜ਼ ਕੀਤਾ ਕਿ ਚਲੋ ਉਹਨਾਂ ਨੂੰ ਖੋਣਾ ਦਾ ਨੁਕਸਾਨ ਨਾ ਹੋਵੇ, ਕੰਮ ਕਰ ਲੈਣ ਦਿੱਤਾ ਜਾਵੇ। ਉਸ ਤੋਂ ਬਾਅਦ ਅਸੀਂ 20 ਮਾਰਚ ਨੂੰ ਫੇਰ ਉਹਨਾਂ ਨੂੰ ਰਿਮਾਈਂਡਰ ਦੇਣ ਵੀ ਗਏ ਆ। ਉਦੋਂ ਫੇਰ ਇੱਕ ਵਾਰੀ ਗਏ, ਉਹਨਾਂ ਨੂੰ ਫਿਰ ਇਹੀ ਹੌਸਲਾ ਦਿੱਤਾ ਕਿ ਅਸੀਂ ਦੁਕਾਨ ਲੱਭਦੇ ਪਏ ਆ, ਸਾਡੀ ਗੱਲਾਂ ਹੋ ਰਹੀਆਂ ਨੇ, ਅਸੀਂ ਦੁਕਾਨ ਜਿੱਥੇ ਲੱਭੇਗੀ ਸ਼ਿਫਟ ਹੋ ਜਾਾਂਗੇ 1 ਅਪ੍ਰੈਲ ਤੋਂ ਪਹਿਲਾਂ। ਤੇ ਅੱਜ ਸਵੇਰੇ 1 ਅਪ੍ਰੈਲ ਨੂੰ ਠੇਕਾ ਫੇਰ ਖੁੱਲ ਗਿਆ ਸੀਗਾ, ਅਸੀਂ ਠੇਕਾ ਬੰਦ ਕਰਾਇਆ ਵਾ। ਤੇ ਉਹਨਾਂ ਦੇ ਮੁਲਾਜ਼ਮਾਂ ਨੂੰ ਜਦੋਂ ਪੁੱਛਿਆ ਗਿਆ ਤੁਹਾਨੂੰ ਆਰਡਰ ਕੋਈ ਨਹੀਂ ਆ ਠੇਕਾ ਬੰਦ ਕਰਨ ਦਾ, ਉਹਨਾਂ ਨੇ ਸਾਫ਼ ਕਿਹਾ ਕਿ ਸਾਨੂੰ ਕੋਈ ਆਰਡਰ ਨਹੀਂ ਆਏਗਾ, ਸਾਨੂੰ ਕਿਹਾ ਗਿਆ ਸੀ ਠੇਕਾ ਖੋਲ ਲਵੋ। ਤੁਹਾਡੇ ਕੋਲ ਕੰਪਲੇਂਟ ਦੀ ਕਾਪੀ ਹੈ? ਤੁਹਾਡੀ ਕੰਪਲੇਂਟ ਦੀ ਕਾਪੀ ਵੀ ਹੈਗੀ ਹੈ, ਦਿਖਾ ਦਿਓ ਤੇ ਮੈਡਮ। ਉਹ ਸਰ ਉਹਨਾਂ ਕੋਲ ਪ੍ਰਧਾਨ ਜੀ ਕੋਈ ਇੱਕ ਸੀਸੀਟੀਵੀ ਵੀਡੀਓ ਦੀ ਗੱਲ ਕਰ ਰਹੇ ਤੇ ਸਾਨੂੰ ਉੱਥੇ ਜਿਹੜੇ ਇੰਸਪੈਕਟਰ ਹੈਗੇ ਨੇ ਹਰਜੋਤ ਸਿੰਘ ਬੇਦੀ ਜੀ, ਉਹਨਾਂ ਨੇ ਸਾਨੂੰ ਕਿਹਾ ਸੀਗਾ ਜੋ ਜੋ ਲੋਕੀ ਠੇਕੇ ਦੇ ਹਰਕਤਾਂ ਹੁੰਦੀਆਂ ਸਭ ਮੈਨੂੰ ਵੀਡੀਓ ਭੇਜਿਓ। ਤੁਸੀਂ ਦੇਖੋਗੇ 18 ਫਰਵਰੀ ਤੋਂ ਲੈ ਕੇ ਰੋਜ਼ ਦੀਆਂ ਵੀਡੀਓ ਉਹਨਾਂ ਨੂੰ ਜਾ ਰਹੀਆਂ ਨੇ, ਰੋਜ਼ ਸਾਨੂੰ ਕਹਿੰਦੇ ਨੇ ਓਕੇ ਆਈ ਵਿਲ ਸਕਿਪ ਟੂ ਠੇਕੇਦਾਰ, ਆਈ ਵਿਲ ਚੈੱਕ। ਰੋਜ਼ ਜੋ ਜੋ ਇੱਥੇ ਲੜਾਈਆਂ ਕਰਦੇ ਨੇ ਮੁੰਡੇ, ਦੇਖੋਗੇ ਆ ਨਸ਼ੇ ਹੋ ਰਹੇ ਨੇ ਠੇਕੇ ਦੇ ਨਾਲ, ਉਹਦੇ ਕੋਲ ਮੁੰਡੇ ਕਿੱਦਾਂ ਨਸ਼ੇ ਕਰਦੇ ਪਏ ਨੇ, ਠੀਕ ਹੈ ਨਾ ਭਾਜੀ। ਇੱਕ ਦੀ ਦੋ ਨਹੀਂ ਤਿੰਨ ਨਹੀਂ ਡੇਲੀ ਦੀਆਂ ਵੀਡੀਓ ਆ ਦੇਖੋ। ਤੁਹਾਡੀ ਮੰਗ ਕੀ ਹੋਣ ਭਾਜੀ? ਫਿਰ ਮੰਗ ਇਹ ਕਿ ਠੇਕਾ ਇੱਥੇ ਲੋਕੇਸ਼ਨ ਚੇਂਜ ਹੋ ਜਾਵੇ। ਓਕੇ ਜੀ, ਆ ਅੱਗੇ ਰੋਡ ਤੋਂ ਜਾਓ ਤੇ ਫੈਕਟਰੀਆਂ ਹੈਗੀਆਂ ਨੇ, ਤਾਂ ਕੋਈ ਰੈਜ਼ੀਡੈਂਸ ਏਰੀਆ ਨਹੀਂ ਹੈਗਾ, ਧਾਮੰਡੀ ਚੁੰਗੀ ਲੱਗੇ ਕੋਈ ਘਰ ਨਹੀਂ ਹੈਗਾ। ਇਸ ਏਰੀਆ ਦੇ ਵਿੱਚ ਚੋਰੀਆਂ ਲੁੱਟਾਂ ਹੋ, ਇਸ ਏਰੀਆ ਦੇ ਚੋਰੀਆਂ ਲੁੱਟਾਂ ਹੋ, ਲੁੱਟਾਂ ਵੀ ਬਹੁਤ ਹੋ ਰਹੀਆਂ ਨੇ, ਬਹੁਤ ਹੋ ਰਹੀਆਂ ਨੇ ਸਰ, ਬਹੁਤ ਹੋ ਰਹੀਆਂ ਨੇ। ਤੇ ਜੋ ਸਰ ਵੇਲੇ ਮੁੰਡੇ ਤੇ ਖੜੇ ਹੁੰਦੇ ਨੇ, ਉਹਨਾਂ ਨੂੰ ਜੋ ਕੁਝ ਟੋਕਣ ਜਾਓ ਇੱਕੋ ਹੀ ਬਣਾ ਹੁੰਦਾ, ਸ਼ਰਾਬ ਲੈਣ ਆਏ ਆ, ਕੰਮ ਪੁੱਠੇ ਕਰਨ ਆਏ ਹੁੰਦੇ ਨੇ। ਉਹ ਤੇ ਬਜ਼ੁਰਗ ਲੋਕ ਕਹਿ ਰਹੇ ਨੇ ਕਿ ਲੇਡੀਜ਼ ਨਾਲ ਵੀ ਛੇੜਖਾਨੀ ਕਰਦੇ ਨੇ। ਹਾਂਜੀ, ਅੰਦਰ ਤੋਂ ਛੇੜਖਾਨੀ ਵਾਲੇ ਲੇਡੀਜ਼ ਲੰਘ ਨਹੀਂ ਸਕਦੀ, ਬੀਬੀਆਂ ਲੇਡੀਜ਼ਾਂ ਖੜੀਆਂ ਜਾ ਕੇ ਪੁੱਛੋ ਸੀ ਕੀ ਹਾਲ ਹੁੰਦਾ ਹੈ ਉੱਥੇ, ਠੀਕ ਹੈ ਨਾ। ਤੇ ਜੋ ਮੁੰਡਿਆਂ ਨੂੰ ਟੋਕਣ ਜਾਓ ਉਹ ਅੱਗੋਂ ਲੜਨ ਪੈਂਦੇ ਨੇ, ਉਹ ਕਹਿੰਦੇ ਸੀ ਸ਼ਰਾਬ ਲੈਣਾ ਹੈ ਤੁਹਾਨੂੰ ਕੀ ਹੈ, ਅਸੀਂ ਇਹ ਚਾਹੁੰਦੇ ਠੇਕਾ ਹਟ ਜਾਏਗਾ, ਇਸ ਮੁਹੱਲੇ ਸਫਾਈ ਹੋਏਗੀ। ਆਪਣਾ ਨਾਮ ਬੋਲਿਓ ਭਾਈ। ਮੇਰਾ ਨਾਮ ਅੰਕਿਤ ਰਾਏ ਆ। ਕਿਹੜੀ ਜਗ੍ਹਾ ਠੇਕਾ ਦਾ? ਠੇਕਾ ਨਿਊ ਦਸ਼ਮੇਸ਼ ਨਗਰ ਦੇ ਵਿੱਚ ਹੈ, ਸੀ ਬਲੋਕ ਦੇ ਵਿੱਚ। ਓਕੇ, ਤੇ ਅੱਜ ਇਹ ਚੌਥੀ ਵਾਰੀ ਇਹ ਸਿਚੁਏਸ਼ਨ ਆ ਗਈ ਹੈ, ਪਰ ਹਾਲੇ ਤੱਕ ਦੇਖੋ ਜੀ 10 ਵਜੇ ਤੇ ਅਸੀਂ ਬੈਠੇ ਹੋਏ ਆ ਠੇਕੇ ਸ਼ਰਾਬ ਤੇ ਵਾਈਨ ਐਕਸਾਈਜ਼ ਵਾਲਿਆਂ ਵੱਲੋਂ ਕੋਈ ਵੀ ਮਾਲਕ ਜਾਂ ਕੋਈ ਵੀ ਸਾਨੂੰ ਹਕੂਮਤ ਤੇ ਗੱਲ ਕਰਨ ਲਈ ਕੋਈ ਵੀ ਨਹੀਂ ਪਹੁੰਚਿਆ ਹਾਲੇ ਤੱਕ। ਠੀਕ ਹੈ, ਠੇਕਾ ਖੋਲਣ ਦੇ। ਇਹ ਠੇਕਾ ਕੀ? ਬੱਚੇ ਨੌਜਵਾਨ ਜਾਂਦੇ ਨੇ, ਲੜਕੀਆਂ ਜਾਂਦੀਆਂ, ਸਾਰਾ ਕੁਝ ਕਰਦੇ ਨੇ, ਇਹ ਕੋਈ ਗੱਲ ਥੋੜੀ ਹੈਗੀ ਹੈ, ਇਹ ਮੁੱਲਾ ਹੈ। ਹਾਂ, ਮੁੱਲੇ ਚ ਰਹਿਣਾ ਹੈ। ਮਤਲਬ ਕੀ ਦਿੱਕਤ? ਮੁੱਲ ਲਈ ਇੱਥੇ ਦਿੱਕਤ, ਮਤਲਬ ਕੀ ਦਿੱਕਤ ਆ ਗਈ ਹੁੰਦੀ ਹੈ, ਪਰੇਸ਼ਾਨੀਆਂ ਕੀ? ਇੱਥੇ ਦਿੱਕਤ ਹੀ ਦਿੱਕਤ ਹੈ, ਕਦੀ ਪਾਣੀ ਤੋੜਦੇ, ਕਦੀ ਕਿ ਦੁੱਖ ਤੋੜਦੇ, ਕਦੀ ਕੁਝ ਤੋੜਦੇ ਨੇ, ਕਿ ਸਾਰੀ ਇੱਕ ਚੀਜ਼ ਦੇ, ਹਰ ਇੱਕ ਚੀਜ਼ ਦੀ ਦਿੱਕਤ ਹੈ। ਬੁੱਢੇ ਬੰਦੇ ਤੋਂ ਨੰਗ ਨਹੀਂ ਸਕਦਾ, ਇੱਥੇ ਹਰਕਤਾਂ ਕਰਦੇ ਗੰਦੀਆਂ, ਹੈ ਗਾਲ ਇੰਨੀ ਗੰਦੀ ਬੰਦੇ ਜਿਹੜੇ ਰੇਹ ਰੱਬ ਦੇ ਨਾਲ। ਮਤਲਬ ਕੀ ਚੌਂਕ, ਮਤਲਬ ਇਹ ਚੌਂਕ ਦੇ ਵਿੱਚ ਮੁੰਡੇ ਮੁੰਡੇ ਖੜੇ ਹੁੰਦੇ ਤੇ ਕੀ ਖੜੇ ਹੁੰਦੇ ਤੇ ਸਾਰੇ ਹੀ, ਕਦੀ ਇੱਧਰ ਖੜੇ ਹੋਗੇ, ਕਦੀ ਇੱਧਰ ਖੜੇ ਹੋਗੇ, ਕਦੀ ਇੱਧਰ ਖੜੇ ਹੋਗੇ। ਇਹ ਕੋਈ ਸਲਾਹ ਥੋੜੀ ਹੈ, ਲੋਕਾਂ ਨੂੰ ਮੁੱਲ ਪੁੱਤਰਾ ਤੇ ਜਗ੍ਹਾ ਲਈ ਹੈ, ਐਂਡੇ ਵਾਸਤੇ ਨਾ ਜਗ੍ਹਾ ਲਈ ਹੈ। ਇਹ ਗਵਰਨਮੈਂਟ ਕੁਝ ਨਹੀਂ ਕਰ ਸਕਦੀ। ਕਰੇਗੀ ਕਰੇਗੀ ਜੀ, ਆਹ ਫੇਰ ਭਰਾ ਸਾਰੇ ਇਕੱਠੇ, ਆਹ ਹਦਾਇਕ ਹੈ ਤੇ ਕੁਝ ਨਹੀਂ ਕਰ ਸਕਦੀ। ਠੀਕ ਹੋ ਮੁੱਲਾ ਐਵੇਂ ਸਮਝਿਆ, ਮਤਲਬ ਠੇਕਾ ਠੇਕਾ ਬੰਦ ਹੋਣਾ ਚਾਹੀਦਾ। ਹਾਂ, ਬੰਦ ਹੋਣਾ ਚਾਹੀਦਾ, ਹੋਰ ਕੁਝ ਨਹੀਂ। ਕੋਈ ਉੱਥੇ ਸ਼ਰਾਬ ਪੈਂਟਾਂ ਖੋਲ ਖੋਲ ਕੇ ਸ਼ਰਾਬਾਂ ਬਾਥਰੂਮ ਕਰਦਾ ਪਿਆ, ਕੋਈ ਗਾਲਾਂ ਕੱਢਦਾ ਪਿਆ, ਕੋਈ ਲੜਦਾ ਪਿਆ, ਆਣ ਗਵਾਂਢ ਨਾਲ ਸਾਹਮਣੇ ਘਰ ਆ ਉੱਥੇ ਬੈਠ ਜਾਂਦਾ ਤੜੀਆਂ ਨੇ ਸ਼ਰਾਬਾਂ ਪੀ ਪੀ ਕੇ। ਮਾਮਲਾ ਜੀ ਇਦਾਂ, ਪਿਛਲੇ ਮਹੀਨੇ ਵੀ ਜਿਹੜਾ ਠੇਕੇ ਨੂੰ ਬੰਦ ਕਰਾ ਦੇ ਵਿੱਚ ਮੱਲੇ ਦੇ ਆਪਣਾ ਸਾਰੇ ਇਕੱਠੇ ਹੀ ਹੋਈ ਇੱਥੇ, ਉਹਦੇ ਸਬੰਧ ਚ ਜਿਹੜਾ ਆ ਸੀਨੀਅਰ ਅਧਿਕਾਰੀ ਬਾਰੀ ਘਰ ਜਿਹੜਾ ਕਮਿਸ਼ਨ ਰੱਖਦਾ, ਉੱਥੇ ਜਾ ਕੇ ਸਾਰੇ ਮੱਲੇ ਨੇ ਕੰਪਲੇਂਟ ਦਿੱਤੀ ਸੀ ਵੀ ਇਹਦਾ ਠੇਕਾ ਕਿਤੇ ਸ਼ਿਫਟ ਕੀਤਾ ਜਾਵੇ, ਕਿਉਂਕਿ ਕਾਫੀ ਸਮੇਂ ਤੋਂ ਜਿਹੜਾ ਲੋਕਾਂ ਸ਼ਾਮ ਨੂੰ ਲੰਘਦੇ ਨੇ ਬੱਚੇ ਜਾਂ ਘਰਾਂ ਲੰਘਦੀਆਂ ਵਾ, ਉਹ ਦਿੱਕਤ ਪਰੇਸ਼ਾਨੀ ਆ ਰਹੀ ਹੈ। ਕੋਈ ਸ਼ਰਾਬ ਪੀ ਕੇ ਬਾਹਰ ਖੜਾ ਹੋ ਰਿਹਾ, ਕੋਈ ਸਾਹਮਣੇ ਝਗੜਾ ਕਰ ਰਿਹਾ, ਉਹ ਫਿਰ ਜਿਹੜੇ ਦੁਕਾਨਦਾਰ ਮਾਰਕੀਟ ਹੁਣ ਭਰ ਚੁੱਕੀ ਆ, ਅੱਗੇ ਸੀ ਲੱਖ ਖਾਲੀ ਸੀ, ਹੁਣ ਦੁਕਾਨਦਾਰ ਗਾਹ ਵੀ ਕੋਈ ਆਉਂਦਾ, ਸ਼ਾਮ ਨੂੰ ਉਹਨੇ ਕਾਰੋਬਾਰ ਕਿੱਦਾਂ ਕਰਨਾ। ਉਹਦੇ ਸੰਬੰਧ ਚ ਅਜੇ ਧਰਨਾ ਲੱਗਿਆ ਗਿਆ ਵੀ ਜਿਹੜੇ ਪ੍ਰਸ਼ਾਸਨ ਨੇ ਕਿਹਾ ਸੀ ਜਿਹੜਾ ਠੇਕਾ ਆਪਾਂ ਸ਼ਿਫਟ ਕਰ ਦਿੱਤਾ ਜਾਵਾਂਗੇ, ਉਹਨਾਂ ਦੇ ਨਾ ਸ਼ਿਫਟ ਕਰਨ ਕਰਕੇ ਇਹਦਾ ਧਰਨਾ ਲੱਗਿਆ ਜੀ। ਇੱਕ ਲੇਡੀਜ਼ ਵੱਲੋਂ ਉਹ ਕਿਹਾ ਜਾ ਰਿਹਾ ਕਿ ਇਸ ਏਰੀਏ ਚਿੱਟਾ ਪੀ ਕੇ ਮੁੰਡੇ ਚੌਂਕ ਚ ਇਹਦੇ ਖੜੇ ਉਲਰਬਾਜ਼ੀ ਕਰਦੇ ਨੇ, ਉਹਦੇ ਬਾਰੇ ਤੁਸੀਂ ਕੋਈ ਪੁਲਿਸ ਕੰਪਲੇਂਟ ਨੂੰ? ਸ਼ਾਮ ਨੂੰ ਤਾਂ ਦੇਖੋ ਜੀ ਉਹ ਪਰਲਾ ਥੋੜਾ ਚੌਂਕ ਪੈਂਦਾ, ਉੱਥੇ ਚਾਹ ਪੀਣ ਦੇ ਬਹਾਨੇ ਜਾਂ ਨਸ਼ਾ ਵੇਚ ਜਿਹੜੇ
ਖੰਡ ਪੀਂਦੇ ਆ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ। ਇਹੀ ਗੱਲ ਦੀ ਆ ਵੀ ਜੇ ਦਾਰੂ ਪੀਣ ਵਾਲੇ ਉੱਧਰ ਜਾ ਖੜੇ ਹੋ ਜਾਂਦੇ ਆ, ਜੇ ਠੇਕਾ ਨਾ ਹੋਏਗਾ ਸ਼ਿਫਟ ਕਿਤੇ ਹੋ ਜਾਏਗਾ ਤੇ ਦਿੱਕਤ ਪਰੇਸ਼ਾਨੀ ਆਉਂਦੀ। ਪਰ ਇਸ ਬਾਰੇ ਤੁਸੀਂ ਕਦੀ ਪੁਲਿਸ ਨੂੰ ਕੰਪਲੇਂਟ ਸ਼ਿਕਾਇਤ ਕੀਤੀ ਨਹੀਂ ਕਦੀ ਕੋਈ ਵੀ? ਜਦੋਂ ਪਿਛਲੇ ਮਹੀਨੇ ਧਰਨਾ ਲੱਗਾ ਸੀ ਇਸ ਸੰਬੰਧ ਵਿੱਚ ਪ੍ਰਸ਼ਾਸਨ ਇੱਥੇ ਆਇਆ ਸੀ, ਪੁਲਿਸ ਭਾਰੂ ਗਿਆਮ ਥਾਣੇ ਦੇ ਅਫਸਰ ਇੱਥੇ ਆਏ ਸੀ। ਕੋਈ ਪੁਲਿਸ ਤੇ ਇਸ ਸਰੀਏ ਚ ਗਸ਼ਤ ਵਗੈਰਾ ਕੋਈ ਆਉਂਦੇ ਨੇ ਪੁਲਿਸ ਤੇ ਪੀਸੀਆਰ ਦੀ ਟੀਮ ਜਾਂ ਕੁਛ ਇੱਥੇ? ਨਹੀਂ, ਇਹ ਆਪਾਂ ਦੇਖੇ ਨਹੀਂ ਇਸ ਏਰੀਏ ਜਾਂਦੇ ਵੀ, ਜੇ ਆਉਂਦੇ ਹੋਣ ਤਾਂ ਸ਼ਾਇਦ ਮੈਂ ਰੋਡ ਤੋਂ। ਕਿਹੜਾ ਥਾਣਾ ਕਿਹੜਾ ਪੈਂਦਾ ਵੇ? ਥਾਣਾ ਭਾਰੂ ਗਿਆਮ ਕਰਦੇ। ਤੁਸੀਂ ਕਦੀ ਪੁਲਿਸ ਨੂੰ ਕਿਹਾ ਵੇ ਕਿ ਇਸ ਏਰੀਏ ਚ ਗਸ਼ਤ ਕੀਤੀ ਜਾਵੇ ਜ਼ਰੂਰਤ ਆ? ਦੇਖੋ ਪ੍ਰਸ਼ਾਸਨ ਨੂੰ ਆਪ ਜ਼ਿੰਮੇਵਾਰੀ ਬਣਦੀ ਹੈ, ਕਿਸੇ ਦੇ ਕਹਿਣ ਨਾਲ ਕੰਮ ਬਣਾਉਣਾ। ਕੋਈ ਕੰਪਲੇਂਟ ਸ਼ਿਕਾਇਤ ਕੋਈ ਦਿੱਤੀ ਹੋਵੇ ਆਪਣੇ ਵੱਲੋਂ? ਸ਼ਿਕਾਇਤ ਐਕਸਾਈਜ਼ ਜਿਹੜੇ ਦਾ ਠੇਕੇ ਸੰਬੰਧੀ ਸ਼ਿਕਾਇਤ ਦੀ ਹੈ ਸਾਈ। ਇੱਕ ਤੁਸੀਂ ਆਪਣੇ ਵੱਲੋਂ ਸ਼ਿਕਾਇਤ ਦੋਗੇ ਪੁਲਿਸ ਨੂੰ ਜਾਣੂ? ਅਸੀਂ ਸਾਰੇ ਮਹੱਲਾ ਨਿਵਾਸੀ ਦੇਖੋ ਜੇ ਠੇਕਾ ਖੋਲਦੇ ਨੇ ਇਹਦੇ ਸੰਬੰਧ ਚ ਤਾਂ ਮੈਂ ਕਿਹਾ ਵੱਡੇ ਤੇ ਲੈਵਲ ਲੱਗਿਆ ਗਿਆ, ਕਿਉਂਕਿ ਵੱਖ ਵੱਖ ਪਾਰਟੀਆਂ ਦੇ ਜਥੇਬੰਦ ਜਾਂ ਸੰਸਥਾਵਾਂ ਸਾਰੇ ਜਿਹੜੀ ਅੱਜ ਸਾਰੇ ਇੱਥੇ ਪਹੁੰਚੇ ਨੇ ਸਾਡੇ। ਆਪਣਾ ਨਾਮ ਬੋਲ ਦਿਓ। ਅਜੇ ਕਿਹੜੀ ਜਗ੍ਹਾ ਠੇਕਾ? ਪਰੇਸ਼ਾਨ ਆ ਠੇਕੇ ਤੋਂ, ਠੇਕਾ ਸਾਡਾ ਮਹੱਲਾ ਬਹੁਤ ਪਰੇਸ਼ਾਨ ਆ। ਆਉਂਦੀਆਂ ਜਾਂਦੀਆਂ ਬੀਬੀਆਂ ਸਾਡੀਆਂ ਮਹਿੰਗੀਆਂ, ਉਹਨਾਂ ਨੂੰ ਬੱਚੇ ਕਿਸੇ ਵੀ ਸ਼ਰਾਬ ਪਾਣੀ ਪੀਂਦੇ ਆ, ਉਹ ਖੱਪ ਪਾਉਂਦੇ ਆ, ਉਹ ਖੱਪ ਪਾ ਕੇ ਜਦੋਂ ਕੋਈ ਲੜਾਈ ਚੰਗੀ ਹੋ ਜਾਂਦੀ ਆ ਦਸ ਦਸ ਮੁੰਡੇ ਲਿਆ ਕੇ ਇੱਕ ਦੂਜੇ ਮੁੰਡੇ ਨੂੰ ਕਟਵਾਉਂਦੇ ਆ। ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੇ ਕਿ ਇਹ ਬੇਨਤੀ ਹੈ ਠੇਕਾ ਬੰਦ ਕੀਤਾ ਜਾਵੇ, ਬੰਦ ਕੀਤਾ ਜਾਵੇ ਠੇਕਾ ਬੰਦ ਕਰੋ। ਚਿੱਟਾ ਪੀ ਕੇ ਬਹਿੰਦੇ ਸਾਡੀ ਗਲੀ ਦੇ ਮੋਹਰੇ, ਉਹ ਬੰਦ ਹੋਣਾ ਚਾਹੀਦਾ। ਬਾਬਾ ਜੀ ਦੀ ਗਲੀ ਦੇ ਮੋਹਰੇ ਗਲੀ ਦੇ ਮੋਹਰੇ ਸਾਡੇ ਚਿੱਟਾ ਪੀ ਕੇ ਕਿਚੜਾ ਮਖੌਲ ਕਰਦੇ ਦਸ ਦਸ ਮੁੰਡੇ ਬਾਈਕਾਂ ਤੇ ਬਹਿ ਕੇ ਇੱਕ ਇੱਕ ਮੁੰਡੇ ਨੂੰ ਕੁੱਟਣ ਆਉਂਦੇ। ਜਿਹੜੇ ਲੋਕ ਚਿੱਟਾ ਪੀਂਦੇ ਉਹਦੇ ਬਾਰੇ ਪੁਲਿਸ ਕੰਪਲੇਂਟ ਕੀਤੀ ਕਦੀ? ਸਰ ਬਹੁਤ ਕੁਝ ਕੀਤਾ ਲੇਕਿਨ ਪੁਲਿਸ ਆਉਂਦੀ ਨੀ ਸਾਡੇ ਮੱਦੇ ਚ, ਵੜਦੀ ਨੀ। ਕਿਹੜਾ ਏਰੀਆ ਕਿਹੜਾ ਪੈਂਦਾ ਦਾ? ਬੀਬੀ ਰਾਜ ਰਾਣੀ ਥਾਪਰ ਦਾ ਏਰੀਆ ਬਾਬਾ, ਇਹ ਨੂੰ ਦਸ਼ਮੇਸ਼ ਨਗਰ ਬਾਕੀ ਦਸ਼ਮੇਸ਼ ਨਗਰ ਚ ਕੋਈ ਪੁਲਿਸ ਨਹੀਂ ਆਂਦੀ? ਕਦੀ ਨਹੀਂ ਆਈ, ਕਦੀ ਵੀ ਵੜੀ ਨਹੀਂ। ਕੋਈ ਗੱਡੀ ਲੱਗੇਗਾ? ਤੁਹਾਡੀ ਮੰਗ ਕੀ ਹੈ ਜੀ? ਆਦਾ ਰਾਤੀ ਸਾਰੇ ਬੀਬੀਆਂ ਨੇ ਗੱਡੀ ਦੇਖੀ ਆ, ਨਸ਼ੇ ਵਾਲੇ ਆਉਂਦੇ ਨੇ ਸਾਰੇ ਗੱਡੀ ਗੱਡੀ ਲੱਗਣੀ ਚਾਹੀਦੀ ਇੱਥੇ, ਜਿਹੜੀ ਗੱਲ ਹੈ ਤੁਹਾਡੀ ਕੀ ਮੰਗ ਹੈ? ਪੱਕੀ ਗੱਡੀ ਲੱਗੇ ਜਾ ਰਹੀ ਹੈ? ਪੱਕੀ ਗੱਡੀ ਲੱਗੇ ਇੱਥੇ, ਦੋ ਤਿੰਨ ਦਿਨ ਵਾਰੀ ਤੱਕ ਆਉਂਦੇ ਨੇ ਮਾਰ ਹੋਰਨ ਮਾਰਦੇ ਨੇ ਇਹਨੇ ਨੂੰ, ਕੋਈ ਬਣ ਗਿਆ ਕੋਈ ਖੱਪ ਗਿਆ, ਉਹ ਸਰਕਾਰ ਜ਼ਿੰਮੇਦਾਰ ਹੈ। ਤੁਹਾਡੀ ਮੰਗ ਕੀ ਹੈ ਹੁਣ? ਮੇਰੀ ਸਰਕਾਰਾਂ ਦੀ ਅੱਗੇ ਇਹੋ ਹੀ ਜ਼ਿੰਮੇਦਾਰੀ ਹੈ, ਮੇਰੀ ਇਹੋ ਹੀ ਸਰਕਾਰ ਦੀ ਅੱਗੇ ਜ਼ਿੰਮੇਦਾਰੀ ਹੈ ਕਿ ਸਰਕਾਰ ਸਾਡੀ ਗੱਡੀ ਦੀ ਮਤਲਬ ਮੱਲੇ ਦੀ ਕੇਅਰ ਕੀਤੀ ਜਾਵੇ, ਕੇਅਰ ਕਰਨ ਸਾਡੇ ਮੱਲੇ ਦੀ। ਪਹਿਲੇ ਨੰਬਰ ਤੇ ਠੇਕਾ ਬੰਦ ਹੋਣਾ ਚਾਹੀਦਾ, ਕਿਉਂਕਿ ਛੋਟੇ ਛੋਟੇ ਬੱਚੇ ਸਕੂਲ ਕੋਲ ਨੇ, ਇੱਥੇ ਕੋਲ ਸਾਡੇ MD ਗੁਰਪੀ ਸਕੂਲ ਹੈ, ਏਮ ਸਕੂਲ ਹੈ, ਲਿਟਲ ਮਾਡਲ ਸਕੂਲ ਹੈ। ਜਦੋਂ ਇੱਥੇ ਸਵੇਰੇ ਲੰਘਦੇ ਨੇ ਬੱਚੇ ਇੱਥੇ ਲੰਘਦੇ ਨੇ, ਇੱਥੇ ਬਾਹਰ ਲੋਕ ਇੱਥੇ ਸ਼ਰਾਬ ਪੀਂਦੇ ਨੇ, ਬਾਹਰ ਖੜੇ ਹੋ ਕੇ ਪੀਂਦੇ ਨੇ, ਜਾਂ ਕਿਸੇ ਨੇ ਵੀ ਇੱਥੋਂ ਮੰਦਿਰ ਜਾਣਾ ਜਾਂ ਗੁਰਦੁਆਰਾ ਜਾਣਾ ਵੇ, ਇੱਥੇ ਪਹਿਲਾਂ ਉਹ ਇਹਨਾਂ ਦੇ ਸ਼ਰਾਬੀਆਂ ਦੇ ਦਰਸ਼ਨ ਕਰਕੇ ਫਿਰ ਅੱਗੇ ਉਹ ਪਰਮਾਤਮਾ ਦੇ ਦਰਸ਼ਨ ਕਰਨ ਜਾਂਦੇ ਨੇ। ਓਕੇ, ਇਹ ਬਹੁਤ ਮਾੜਾ ਹੈਗਾ ਵੇ, ਇੱਥੇ ਜਲਦੀ ਤੋਂ ਜਲਦੀ ਇਹ ਠੇਕਾ ਬੰਦ ਹੋਣਾ ਚਾਹੀਦਾ ਵੇ, ਕਿ ਜਿਹੜੇ ਆਉਣ ਜਾਣ ਵਾਲੇ ਰਾਹਗੀਰ ਨੇ ਉਹਨਾਂ ਨੂੰ ਥੋੜੀ ਰਾਹਤ ਮਿਲੇ। ਆਪਣਾ ਨਾਮ ਬੋਲ ਦਿਓ। ਮੇਰਾ ਨਾਮ ਜੀ ਰਜੀਸ਼ ਕੁਮਾਰ ਸਿੰਘ। ਤੁਸੀਂ ਇਸ ਏਰੀਆ ਦੇ ਰਹਿਣ ਵਾਲੇ ਹੋ? ਹਾਂਜੀ, ਮੈਂ ਨਿਊ ਕਸ਼ਮੀਰ ਤੋਂ ਬੋਲ ਰਿਹਾ। ਠੀਕ ਹੈ, ਕੋਈ ਪਤਾ ਲੱਗਾ ਕੀ ਇਨਵੈਸਟੀਗੇਸ਼ਨ ਕੀ ਕੁਝ ਪਤਾ ਲੱਗਾ? ਅੱਧੇ ਘੰਟੇ ਚ ਮੈਨੂੰ ਵੈਰੀਫਾਈ ਕਰਨਾ ਸੀ। ਸਵੇਰੇ ਵੀ ਤੁਹਾਡੇ ਮੁਲਾਜ਼ਮ ਪਹੁੰਚੇ ਸੀਗੇ ਗੁਰਮਿੰਦਰ ਜੀ? ਪਤਾ ਮੈਂ ਹੁਣ ਆਇਆ। ਸਵੇਰੇ ਤੁਹਾਡੇ ਸਰ ਮੁਲਾਜ਼ਮ ਪਹੁੰਚੇ, ਤੁਹਾਨੂੰ ਤਲਾਨੀ ਕਰਦੇ ਕੀ ਹੋਇਆ ਤੇ ਕੀ? ਵੈਰੀਫਾਈ ਕਰ ਲਓ, ਮੈਂ ਖੁਦ ਆਇਆ। ਸਰ ਮੈਂ ਸਰ ਉਹੀ ਸਵਾਲ ਪੁੱਛ ਰਿਹਾ। ਸਰ ਮੈਂ ਮੇਰਾ ਜਵਾਬ ਤਾਂ ਲੈ ਲਓ, ਸਰ ਸਵਾਲ ਤਾਂ ਲੈ ਲਓ। ਸਵੇਰੇ ਤੁਹਾਡੇ ਮੁਲਾਜ਼ਮ ਇੱਥੇ ਪਹੁੰਚੇ, ਸਰ ਤੁਹਾਡੇ ਥਾਣੇ ਦੇ ਮੁਲਾਜ਼ਮ ਮੈਂ ਵੈਰੀ ਆਫਟਰ ਸਰ ਉਹਨਾਂ ਨੇ ਬੋਲ ਪਾਉਂਗਾ ਜੀ। ਹਾਂਜੀ, ਮੈਂ ਆਫਟਰ ਵੈਰੀਫਾਈ ਸਰ ਤੁਹਾਡੇ ਵੱਲੋਂ ਠੇਕਾ ਕੋਲ ਆਣਾ ਸੀ ਕਿ ਰੰਬੰਦ ਕਰਨਾ ਹੀ ਹੁਣ ਸਰ ਠੇਕਾ ਖੋਲਣ ਆਏ ਜਾਂ ਬੰਦ ਕਰਨਾ? ਵਾਲੇ ਆਣ ਕੇ ਸਾਨੂੰ ਕੀ ਐਪਲੀਕੇਸ਼ਨ ਦੀ ਉਸ ਹਿਸਾਬ ਨਾਲ ਆਪਾਂ ਨੈਕਸਟ ਦੇਖਦੇ ਆ ਜੀ, ਵੇਟ ਕਰ ਰਹੇ ਆ ਐਕਸਾਈਜ਼ ਵਾਲੇ ਦੀ। ਤੁਹਾਡੇ ਹਿਸਾਬ ਨਾਲ ਤੁਸੀਂ ਹੁਣ ਮਹੱਲੇ ਦੀ ਵਿਜਿਟ ਕੀਤੀ ਹੈ, ਠੇਕਾ ਖੁੱਲਣਾ ਚਾਹੀਦਾ ਜਾਂ ਨਹੀਂ ਖੁੱਲਣਾ ਚਾਹੀਦਾ ਏਰੀਆ ਦੇ ਹਿਸਾਬ ਨਾਲ? ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੀ। ਓਕੇ ਸਰ, ਗੱਲਬਾਤ ਕੀਤੀ ਕਿ ਮਹੱਲੇ ਵਾਲੇ ਨੇ? ਮਹੱਲੇ ਵਾਲੇ ਨੇ ਕਿਹਾ ਸੀ ਸਰ, ਕਹਿੰਦੇ ਕਿ ਨਹੀਂ ਪ੍ਰੋਟੈਸਟ ਕਰ ਰਹੀ ਹੈ। ਮੈਂ ਤਾਂ ਇਹਦਾ ਕੋਈ ਕਮੈਂਟ ਬੋਲਿਆ ਜੀ, ਮੇਰਾ ਤਾਂ ਕੋਈ ਕਮੈਂਟ ਨਹੀਂ ਜੀ। ਉਹਨਾਂ ਤੋਂ ਲਿਖਦੇ ਆਪਣੇ ਇੱਕ ਰਵਿੰਦਰ ਜੀ, ਮੈਂ ਤੁਹਾਨੂੰ ਚਲੋ ਇਸ ਸਾਰੀ ਨੋਲੇਜ ਨਹੀਂ, ਬਸ ਮਹੱਲੇ ਦੇ ਵਿੱਚ ਠੇਕਾ ਖੋਲ ਸਕਦਾ ਕਿ ਨਹੀਂ ਖੋਲ ਸਕਦਾ? ਸਰ ਛੋਟਾ ਸਰਕਾਰ ਦੇ ਪ੍ਰੋਟੋਕਾਲ ਹੈ, ਦੇਖਦੇ ਐਕਸਾਈਜ਼ ਦੇ ਵਾਲੇ ਆ ਰਹੇ, ਉਹਨਾਂ ਨਾਲ ਗੱਲ ਕਰਦੇ ਆ। ਸਵੇਰੇ ਵੀ ਕਹਿੰਦੇ ਤੁਹਾਡੇ ਮੁਲਾਜ਼ਮ ਥਾਣੇ ਤੋਂ ਆਏ ਸੀ ਗੁਰਵਿੰਦਰ ਜੀ, ਇਹ ਸਹੀ ਕਹਿ ਰਹੇ ਸੀਗੇ, ਉਹ ਉੱਥੇ ਪਹੁੰਚੇ ਇੱਥੇ ਆਏ ਸੀ, ਉਹਨਾਂ ਨੇ ਤੁਹਾਨੂੰ ਦੱਸੀ ਨੀ ਤੇ ਕੀ ਹੋਇਆ ਸੀ ਕੀ ਨਹੀਂ ਹੋਇਆ? ਮੁਹੱਲੇ ਵਾਲੇ ਕਹਿੰਦੇ ਠੇਕਾ ਖੁੱਲ੍ਹੇ ਨਹੀਂ ਦੇ ਰਹੇ, ਐਕਸਾਈਜ਼ ਵਾਲੀ ਵੇਟ ਕਰ ਰਹੇ ਹੋ? ਕਿੰਨਾ ਸਮੇਂ ਹੋ ਗਿਆ ਸਰ ਮੁਹੱਲੇ ਦੇ ਵਿੱਚ ਇਸ ਟਾਈਮ ਖੜੇ ਹੁੰਦੇ ਤੁਹਾਨੂੰ? ਸਰ ਕਿੰਨਾ ਸਮਾਂ ਹੋ ਗਿਆ ਇਸ ਟਾਈਮ?
चिट्टा कहते शरिया वेख रहे मोहल्ले वाले कह रहे अपा नहीं कह रहे ओ बारे की कहना सर की कह रहे।